सतनाम। वाहिगुरु साहिब जी, साईं नाम अमोल, कीम न कोई जान दो, जिन्ना भाग मथाहे से नानक हर रंग मान दो। नानक का गुद लखमण, पढ़ पढ़ कीच पाओ, मसो टोट न आबई, लेख पौन चलाओ। पी तेरी कीमत न पवे, हाँ के बड़ आखा नावो। कबीर सात समुंदर मस करो, कलम करो बन राए, वशद कागद जाओ करो, हर जस लिखण न जाए। ज्यों बुलावे त्यों बोला स्वामी, कुदरत कबन हमारी। साध संगत नानक जस गायो, जो प्रभु की अत प्यारी। अगम अगोचर सत साहिब मेरा, नानक बोले बुलाया तेरा। वाहिगुरु साहिब जी, महला दूजा। साहेब अंधा जो किया, करे सजाखा होए, जिहा जाने ते हो वरतै, जे सौ आखै कोए। जिथे सो वस्त न जा पई, आपे वरतो जान। नानक गाहक क्यों लाई, सके न वस्त पछाण। महला दूजा, सो जो अंधा आखिए, जो हुक्म अंधे होए। नानक हुक्म ना बुझाई, अंधा कहिए सोए। पाउड़ी काया अंदर गढ़ कोट है, सब दे संतर देसा, आपे तारी लाया ना, सब मैं परवेसा। आपे श्रेष्ट साजियन, आप गुप्तर के साया, गुर सेवा ते जानिया, सच प्रगटिए सा। सब किस सचो सच है, सच सोजी पाई। सब किस सचो सच है, गुर सोजी पाई। परम सन्मान योग गुरु प्यारी साध संगत जी, बड़भागी हाँ साहेब जी की अपार बख्शिश हुई है। सानू अमृत वेले सतगुरां दे पावन दरबारा अंदर जुड़ करके अपने जीवन दीआं अमोलक कड़ियां वाहिगुरु जी वालों मिले सवासा नूं सफले करन दा
ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਕੁਝ ਕੁ ਸਮਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਰਹਿਮਤ ਸਦਕਾ ਜੋ ਆਪਾਂ ਇੱਕ ਓਅੰਕਾਰ ਤੋਂ ਅੰਮ੍ਰਿਤ ਬਾਣੀ ਵਿਚਾਰ ਸਹਿਤ ਸਰਵਣ ਕਰਦੇ ਆ ਰਹੇ ਹਾਂ। ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਵਿੱਤਰ ਜਾਪ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਹੋਇਆ ਸ਼ਬਦ ਜਾਪ ਹੈ, ਜੋ ਕਿ ਰਾਮ ਕਲੀ ਕੀ ਵਾਰ ਦੇ ਵਿੱਚ ਸਸ਼ੋਭਿਤ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਤਿੰਨ ਸਲੋਕ ਇੱਕ ਪੌੜੀ ਦੀ ਰਹਿਮਤ ਕੀਤੀ ਹੈ। ਗੁਰੂ ਕਿਰਪਾ ਸਦਕਾ ਪਹਿਲਾ ਸਲੋਕ ਆਪਾਂ ਕੱਲ ਵਿਚਾਰ ਸਹਿਤ ਸਰਵਣ ਕੀਤਾ, ਰਹਿੰਦੇ ਦੋ ਸਲੋਕ ਇੱਕ ਪੌੜੀ ਦਾ ਜੋ ਜਾਪ ਸਰਵਣ ਕੀਤਾ ਜੋ ਵਿਚਾਰ ਅਧੀਨ ਹਨ, ਸਤਿਗੁਰੂ ਰਹਿਮਤ ਕਰਨ ਮਤ ਬੁੱਧ ਬਖਸ਼ਿਸ਼ ਕਰਨ ਵਿਚਾਰ ਕਰ ਸਕੀਏ, ਕੋਸ਼ਿਸ਼ ਕਰੀਏ ਆਪਾਂ ਸਾਹਿਬਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਮਝ ਕਰਕੇ ਜੀਵਨ ਵਿੱਚ ਲਾਗੂ ਕਰੀਏ, ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਣਾ ਕਰੀਏ, ਮੰਨਣਾ ਕਰੀਏ, ਤਾਂ ਤੇ ਇਹ ਜਿਹੜਾ ਸਾਡਾ ਮਨੁੱਖਾ ਜੀਵਨ ਹੈ ਇਸ ਨੂੰ ਅਸੀਂ ਸਫਲਾ ਕਰੀਏ। ਸਫਲਤਾ ਲੈ ਕੇ ਇਹ ਜੋ ਮਾਲਕ ਨੇ ਸਾਨੂੰ ਸਮਝਾਇਆ ਵੀ 84 ਲੱਖ ਗੇੜ ਦਾ ਇਹ ਆਖਰੀ ਡੰਡਾ ਸਰਮੋਰ ਜੀਵਨ ਹੈ। ਇਸ ਤੋਂ ਬਾਅਦ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜੇ ਸਫਲ ਹੋ ਗਿਆ ਇਹ ਜੀਵਨ ਤਾਂ ਮੰਜ਼ਿਲ ਹੈ, ਆਤਮਾ ਪਰਮਾਤਮਾ ਦਾ ਮਿਲਾਪ ਹੈ, ਆਵਾਗਮਨ ਦਾ ਚੱਕਰ ਖਤਮ ਹੈ। ਪਰ ਨਾਲ ਇਹ ਵੀ ਆਖਿਆ ਸਾਹਿਬ ਜੀ ਵੀ ਜੇਕਰ ਇਸ ਜੀਵਨ ਵਿੱਚੋਂ ਅਸੀਂ ਖੁੰਝ ਗਏ, ਸਫਲ ਨਾ ਹੋਇਆ, ਇਹਨੂੰ ਸਹੀ ਤਰੀਕੇ ਨਾਲ ਨਾ ਬਸਰ ਕੀਤਾ, ਤਾਂ ਪਾਤਸ਼ਾਹ ਕਹਿੰਦੇ ਨੇ ਫਿਰ ਮੁੜ ਕੇ ਭਾਈ ਉਹੀ ਦੁੱਖ, ਉਹੀ ਜਨਮ, ਉਹੀ ਮਰਨ ਗੇੜ ਫਿਰ ਹੈ। ਕਿਉਂਕਿ ਇਹ ਪਾਤਸ਼ਾਹ ਨੇ ਵਚਨ ਕੀਤਾ, ਆਪਾਂ ਬੜੀ ਵਾਰ ਦੁਹਰਾਇਆ, ਇਹ ਵਚਨ ਪੜ੍ਹਦੇ ਸੁਣਦੇ ਰਹਿੰਦੇ ਹਾਂ। ਸਤਿਗੁਰਾਂ ਆਖਣਾ ਕੀਤਾ 84 ਲੱਖ ਜੋਨ ਸਵਾਈ ਮਾਣਸ ਤੋਂ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ, ਚੁੱਕਣ ਦਾ ਭਾਵ ਦਾ ਉੱਕ ਜਾਣਾ, ਖੁੰਝ ਜਾਣਾ। ਪਾਤਸ਼ਾਹ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ, ਵੀ ਆਵਾਗਮਨ ਭਾਈ ਉਹ ਫਿਰ ਦੁੱਖ ਪਾਉਂਦਾ। ਤਾਂ ਆਓ ਰਹਿਮਤ ਕਰਨ ਸਾਹਿਬ ਜੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਜ ਕਰੀਏ, ਗੁਰੂ ਕੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਸਮਝ ਕਰਕੇ ਮੰਨਣਾ ਕਰੀਏ, ਅਤੇ ਫਿਰ ਸਾਡੇ 'ਤੇ ਕਿਰਪਾ ਹੋ ਸਕਦੀ ਹੈ। ਤਾਂ ਆਓ ਸਤਿਗੁਰਾਂ ਨੇ ਪਾਵਨ ਗੁਰਬਾਣੀ ਦੇ ਵਿੱਚ ਰਹਿਮਤ ਕੀਤੀ, ਸਾਨੂੰ ਸਫਲਾ ਕਰਨ ਦਾ ਹੀ ਢੰਗ ਤਰੀਕਾ ਦੱਸਿਆ। ਇੱਕ ਓਅੰਕਾਰ ਤੋਂ 18-10-20 ਤੱਕ ਸਤਿਗੁਰੂ ਜੀ ਵਾਰ ਵਾਰ ਸਾਨੂੰ ਇਹੀ ਯਾਦ ਦਿਲਾਉਂਦੇ ਆ ਕਿ ਐ ਮਨੁੱਖ ਤੈਨੂੰ ਆ ਸਿਰਮੋਰ ਜੀਵਨ ਮਿਲਿਆ, ਵਡਮੁੱਲਾ ਜੀਵਨ ਮਿਲਿਆ, ਬੜੇ ਸਮੇਂ ਬਾਅਦ ਮਿਲਿਆ, ਉਸ ਗੋਬਿੰਦ ਨੂੰ ਮਿਲਣ ਦੇ ਲਈ ਮਿਲਿਆ, ਵੇਖੀ ਕਿਤੇ ਐ ਵੀ ਲਗਾ ਦੀ ਪਾਤਸ਼ਾਹ ਕਹਿੰਦੇ ਇਹ ਜੀਵਨ ਨੂੰ ਸਫਲ ਕਰ ਲੈ। ਸਫਲ ਕਰਨ ਦਾ ਢੰਗ ਤਰੀਕਾ ਵੀ ਸਾਰਾ ਦੱਸਿਆ ਵੀ ਕਿਵੇਂ ਸਫਲ ਹੋਣਾ, ਇਹੀ ਨਹੀਂ ਕਹਿਤਾ ਬਈ ਸਫਲ ਕਰ ਲਾ ਤੇ ਅਸੀਂ ਸਫਲ ਕਰਦੇ ਲੱਭਦੇ ਫਿਰੀਏ ਵੀ ਕਿਵੇਂ ਸਫਲ ਹੋਊਗਾ, ਕੀ ਬਣੇਗਾ। ਨਾਲ ਦੱਸਿਆ ਵੀ ਇਹ ਤੌਰ ਤਰੀਕਾ ਮੈਥਡ ਦਿੱਤਾ, ਢੰਗ ਦਿੱਤਾ, ਸਮਝਾਇਆ ਸਤਿਗੁਰਾਂ ਨੇ, ਤਾਂ ਤੇ ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਤੇ ਸਤਿਗੁਰੂ ਜੀ ਰਹਿਮਤ ਕਰਦੇ ਆ ਜੋ ਅੱਜ ਦਾ ਸ਼ਬਦ ਚੱਲ ਰਿਹਾ, ਇਸ ਸ਼ਬਦ ਦੇ ਵਿੱਚ ਪਾਤਸ਼ਾਹ ਨੇ ਪਹਿਲਾ ਸਲੋਕ ਜੋ ਕੱਲ੍ਹ ਸਰਵਣ ਕੀਤਾ, ਲੜੀ ਜੋੜਨ ਲਈ ਆਪਾਂ ਸਮਝੀਏ। ਪਹਿਲੇ ਸਲੋਕ ਵਿੱਚ ਸਾਹਿਬ ਨੇ ਆਖਿਆ ਵੀ ਅੰਧੇ ਕਾਇਰਾ ਦੱਸੀਏ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ, ਸੋ ਕਿਉਂ ਉੱਜੜ ਪਾਏ।
पातशाह कहते भाई जिहड़ा अंधा हुंदा है, अंधे का भाव है ज्ञान तो भी होना, जिन्हों कोई समझ नहीं है, जे आप तो समझते जाइए पातशाह कहते ने अंधा जीव की रास्ता दस दू सू, भी जिन्हों आप ही समझ नहीं भाई दूजे को की समझा देगा, ज्ञान आपनों नहीं दूसरे को किवें दस देगा। इस करके पातशाह कहते भी ए प्यारियो ज्ञानवान नाल जुड़िए, सब तो वड्डा ज्ञान का सोमा साढ़े कोले गुरबाणी है, सतगुरु ने साडे सानू दस रहे ने, सीधा दे रहे, प्रकाश दे रहे, दुनिया बारे दस दे, कर्म कमाउण लई दस दे, एदो वड्डा ज्ञान कितों नहीं मिलना। तदे तां मालिक ने कह दिता है भाई रे गुर बिन ज्ञान ना होए, पुसो पुसलो कहने किनू पुसीए, वेद ब्रह्मा जी साहब कहने पुसो, वेद नारद साहब कहने बेस वेद व्यास है कोई, सतगुरु जी कहने भावे ब्रह्मा जी नू पुछ लीए, वेद व्यास नू पुछ लीए, नारद नू पुछ लीए, पुछण दा भाव कि वी उन्हां दा जीवन पढ़ के वेख लो, गुरु तो बिना ज्ञान उन्हां नू भी नहीं आया, गुरु तो बिना गल नहीं बनी। अज का भी शब्द आपां बाबा कबीर साहब महाराज का पढ़िया है अमृत वेले का हुक्मनामा साहब, उहदे विच भी पातशाह कहिंदे आ सनक सनंद महेश समाना, सेख नाग तेरो मर्म ना जाना। सनक सनंद महेश ये देवत्या दे नां दित्ते गए ने जिन्हां दुनिया मानी, ये आब्रहमा दे पुत्रां दी गल कीती जांदी है, कहने इन्हां नूं भी ना सनक ना सनंदन ना महेश ज्ञान। सनक सनंद महेश समाना सेख नाग, सेख नाग जिहदी हजारे जेबां दसी गई है, तेरो मरम ना जाना, भी पातशाह उहने भी तेरा मरम दा भाव दा अंत नहीं लिया, उहने भी तेरे बारे समझना नहीं कीता, उहनूं भी समझ नहीं आई, इन्हां नूं भी पर कित्थों समझ आउंदी आ, संत संगत राम हृदय बसाई, सत संगत जिथे सच्ची गल हुंदी है, जिथे सच्ची संगत है उथों हृदय दे विच बस जांदियां ने इह गल्लां, कह लईए भावें परमात्मा अगली को, परमात्मा तां हृदय विच ही वसिया सारिआं दे, उह तां वचन कर दित्ता साहिब जिहां ने कहे तां घट घट मैं हर जू वसै, संतन कहियो पकार, घट घट वसिआ घट हिरदे नूं कह लिआ, ਵੀ ਉਹਦਾ ਹਿਰਦੇ ਦੇ ਵਿੱਚ ਹੀ ਵਸਿਆ ਹੋਇਆ, ਸਭੇ ਘੱਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਸਭੇ ਸਭੇ ਸਾਰਿਆਂ ਦੇ ਘੱਟ ਵਿੱਚ ਘੱਟ ਹਿਰਦੇ ਨੂੰ ਕਹਿੰਦੇ। ਤੇ ਪਾਤਸ਼ਾਹ ਕਹਿੰਦੇ ਆ ਭਾਈ ਜੇ ਕਿਸੇ ਨੇ ਪਾਤਸ਼ਾਹ ਪਰਮਾਤਮਾ ਅਕਾਲ ਪੁਰਖ ਬਾਰੇ ਸਮਝ ਲੈਣੀ ਹੈ ਤਾਂ ਸੰਤ ਸੰਗਤ ਰਾਮ ਹਿਰਦੇ ਵਸਾਈ, ਗੁਰੂ ਕੀ ਸੰਗਤ ਵਿੱਚੋਂ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ, ਉਹ ਰਾਮ ਹਿਰਦੇ ਵਿੱਚ ਜਿਹੜਾ ਵਸਿਆ ਹੋਇਆ ਉਹਦੀ ਸਮਝ ਆ ਜਾਂਦੀ ਹੈ। ਇਸ ਕਰਕੇ ਪਾਤਸ਼ਾਹ ਨੇ ਇਹ ਰਹਿਮਤ ਕੀਤੀ ਹੈ ਵੀ ਇਹ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੈ। ਇਹ ਪ੍ਰਕਾਸ਼ ਕੱਲ ਵੀ ਆਪਾਂ ਗੱਲ ਕੀਤੀ ਵੀ ਵਿਦਿਆ ਨੂੰ ਕਿਹਾ ਗਿਆ ਦੁਨੀਆਂ ਦਾ ਤੀਸਰਾ ਨੇਤਰ ਹੈ, ਕਹਿੰਦੇ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ ਮੰਨਿਆ ਜਾਂਦਾ, ਪਰ ਪਾਤਸ਼ਾਹ ਨੇ ਆਖਣਾ ਕੀਤਾ ਵੀ ਪਿਆਰਿਓ ਨੇਤਰ ਤੀਸਰਾ ਉੱਥੇ ਕੰਮ ਕਰਦਾ ਚਾਹੇ ਦੂਸਰਾ, ਭਾਵੇਂ ਨੇਤਰ ਜਿੰਨੇ ਮਰਜ਼ੀ ਨੇ, ਜਿੱਥੇ ਪ੍ਰਕਾਸ਼ ਹੋਵੇ ਤੇ ਉੱਥੇ ਕੰਮ ਕਰਦਾ, ਹਨੇਰੇ ਵਿੱਚ ਇਹ ਵੀ ਨਹੀਂ ਕੰਮ ਕਰਦੇ, ਹਨੇਰੀ ਰਾਤ ਹੋਵੇ ਧੁੰਦ ਪਈ ਹੋਵੇ ਵੇਖਦੇ ਹੀ ਆਪਾਂ ਕਹਿੰਦੇ ਵੀ ਦਿਸ਼ਾ ਕੁਛ ਨਹੀਂ ਜੀ, ਬੜੇ ਭਾਵ ਕੇ ਵਾਧਾ ਘਾਟਾ ਹੁੰਦੀਆਂ ਨੇ, ਬੜੇ ਐਕਸੀਡੈਂਟ ਹੋ ਜਾਂਦੇ ਹੈ, ਅੱਖਾਂ ਤਾਂ ਹੁੰਦੀਆਂ ਨੇ ਪਰ ਕਿਉਂ ਹੁੰਦੇ ਨੇ, ਕਿਉਂਕਿ ਦਿਸਦਾ ਨਹੀਂ ਕੁਛ ਅੰਧ ਧੁੰਦ ਦੇ ਵਿੱਚ। ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਸਮਝਾ ਵੀ ਗੁਰਸਿੱਖਾ ਤੇਰੇ ਲਈ ਪ੍ਰਕਾਸ਼ ਗੁਰਬਾਣੀ ਹੈ, ਗੁਰਬਾਣੀ ਪ੍ਰਕਾਸ਼, ਜਿੱਥੇ ਪ੍ਰਕਾਸ਼ ਹੋਵੇ ਪ੍ਰਕਾਸ਼ ਦਾ ਭਾਵ ਚਾਨਣ ਹੁੰਦਾ, ਚਾਨਣ ਜਿੱਥੇ ਚਾਨਣ ਹੈ ਪਿਆਰਿਓ ਤੇ ਉੱਥੇ ਫਿਰ ਸਭ ਕੁਝ ਨਜ਼ਰੀ ਹੁੰਦਾ, ਉੱਥੇ ਨਿਗਾਹ ਭਾਵੇਂ ਇੱਕ ਨੇਤਰ ਦੀ ਹੈ, ਭਾਵੇਂ ਦੋ ਦੀ ਹੈ, ਭਾਵੇਂ ਤਿੰਨਾਂ ਦੀ ਕਹਿ ਲਈ, ਆਪਾਂ ਤਿੰਨ ਤੱਕ ਗਿਣੇ ਗਏ ਨੇ ਵੀ ਤੀਸਰਾ ਨੇਤਰ ਵੀ ਕਹਿੰਦੇ ਹੈ, ਤਿੰਨ ਤੱਕ ਭਾਵ ਕੇ ਤਿੰਨੇ ਨੇਤਰ ਕੰਮ ਉੱਥੇ ਹੀ ਕਰਦੇ ਆ ਜਿੱਥੇ ਪ੍ਰਕਾਸ਼ ਹੈ। ਤੇ ਮਾਲਕ ਨੇ ਸਾਨੂੰ ਕਹਿ ਦਿੱਤਾ ਵੀ ਪਿਆਰਿਆ ਆ ਸੂਰਜ
आ चंद्रमा आ साड़ी बनाई हुई रोशनी लाइट ये हर एक थान ते नहीं कम कर सकती। अंदर गुफावां दे विच चंद्रमा का प्रकाश नहीं जाता, ना जाता सूरज का प्रकाश। इसे करके पातशाह ने आखना किया भी गुरु साहब ने साडे ज्ञान का सोमा प्रकाश का सोमा है ये हर एक थान ते प्रकाश कर दिया। बारी तो भावे चंद्रमा सूरज एक छो सतगुरु ने आखना किया पढ़ दिया बाड़ी विच पहले ही श्लोक आसा की बार दा साहबा कहंदी है जे सौ चंदा उगवे चंदे का भाव है चंद्रमा एक छो पा सकते जे सौ पैदा हो जाए सूरज चढ़े हजार एक सूरज नू छो पा सकने हजारा सूरज चढ़ जाए एते चानन होंदे आ इन्ना चानन होवे कि ना फिर भी पातशाह कहिंदे गुर बिन घोर अंधार गुरु तो बिना पातशाह कहिंदे प्रकाश नहीं होना। केड़ा प्रकाश सानू समझ नहीं आनी भी आ चंगा है कि आ माड़ा है। ये भाई जिहड़ा असीं कर्म करदे आं ये गुरमत अनुकूल है कि मनमत है समझ नहीं आनी। यह सच्चे प्रकाश तो बिना असी अंध धुंद विच फोकट कर्म करदे फिरदे हां बहमां विच ग्रसे पए हां भरमां च भजे फिरदे हां मन संतुष्टि नहीं हो रहा मन साडा बेचैना चिंता ग्रस्त होया होया क्यों क्योंकि इहनू मन नूं अंदर प्रकाश नहीं मिल रहा चानण नहीं है ये अंध धुंद नेर धोर विच तुरिया फिरदा। यह गुफा आ शरीर साडा गुफा क्या पातशाह ने महल भी क्या मंदिर इन्हां पौड़ियां विच सारियां जी पातशाह जी शरीर बारे कहिंदे आ रहे ने इस शब्द की भी पौड़ी विच जाके पातशाह ने कहा काया अंदर गढ़ कोट है सब देसंतर देसा कहिंदे काया आ साडी काया गढ़ गढ़ दा भाव गढ़ी कहा जांदा गढ़ी किहनूं कहिंदे आपां कहिंदे कहिंदा पढ़दे आ पुरातन समां जिवें अज आपां कोठी कह दिंदे आ वी कोठी पहलां महल कहे जांदे गढ़िया कह जाता आधारण तौर पर आप पढ़ दी हाँ चमकौर साहब उत्थे की है गढ़ी पातशाह ने चमकौर की गढ़ी विच जंग किया गढ़ी का भाव की एक महल एक घर पातशाह कहने इतने भाई काया अंदर गढ़ कोट है यह भी एक कोट पातशाह ने भाव के एक मकान बनाया ये अंदर साढ़े जिंद है आत्मा रही है। हम इस गढ़ी ने बिच किदा प्रकाश करेगा जाके अंदर सूरज किवें चंद्रमा प्रकाश करेगा अंदर जाके साडे इसे करके पातशाह ने आखना किया भी मन है जिहड़ा साडी आत्मा जिंद यह अंध धुंद दे विच तुरी फिरदी है इत्थे तां जाके प्रकाश गुरु साहिब ही करनगे मालिक ही करनगे अंदर प्रकाश साडे। इसे करके पातशाह कहिंदे प्यारिया गुर का शब्द अजारो दीपा गुरु के शब्द वाला दीपक अंदर जगाउणा कर अंदर अपने मालिक दे अंदर आत्मे करके कहा जांदा कहिंदा भी मन करके भाई बाणी पढ़ीए असीं जिथे तन करके गुरु साहिब नाल जुड़दिआं मन करके भी जुड़ीए मन करके समझणा करिए मन विच प्रकाश लै के आईए क्योंकि पातशाह ने आखणा कीता आनंद साहिब दी बाणी आपां हुणे पढ़ के हटे हाँ आकर जाके सतगुरु जी कृपा करे ने कह रहे हर जियो गुफा अंदर रख के बाजा पवन बजाया हरि ने परमात्मा ने वाहिगुरु ने आ शरीर रूपी गुफा दे विच अंदर हवा पा के कहना बाजा बजा दिता भाव क्या बोलन लाता सानू बाजा बजाया पासा कहने नौ दरवाजे प्रगट किए दस बा गुप्त रखाया नौ दरवाजे दे प्रगट करते आ गुफा जिहड़ी बनाई पातशाह ने शरीर रूपी दसवां गुप्त है ते पातशाह कहने भी जिहड़ा गुप्त है नेरे विच है वह दरवाजा सानू उहदी समझ नहीं आ रही पातशाह कहने एक गुरु द्वारे लाए भावनी जिहड़ा गुरु साहिब नाल भावना ला लैंदा प्यार बना लैंदा बाणी नाल जुड़ जांदा है एक ना दसवां द्वार दिखाया उन्हों दसम द्वार दिसदा दिसदा किवें अंदर जदों गुरु नाल भावना लगती है प्रेम पैदा ये गुरु बाणी नूं पढ़दे आ ते फिर अंदर प्रकाश हो जांदे जिथे प्रकाश हो गया फिर सब कुछ नजर आउंदा। इसे करके सतगुरां ने
समझावना किता सानू भी आ प्यारियो सच नाल जुड़िए, जिहदे पल्ले सच है उहदे कोलो सच दी वारता सुन लईए। गुरबाणी विचों सारे भगत प्यार सच सुणाउंदिया सन, इह अमलीक रतन साध की बाणी है, अमोलक बाणी, इह साधुआं दी बाणी है, सतगुरां दी बाणी है, रब दे प्यारे भगतां दी बाणी है। इसे करके सो सतगुरां ने कृपा कीती सानूं समझा दी प्यारिया, जे दुनिया बारे कोई सिख्या लैनी है तो गुरबाणी नाल जुड़ जा, ये रब दे प्यारिया दे बोलां नूं सुनना कर, इन्हां तों सिख्या लै लै, इन्हां तों समझना कर। ते जेकर असीं कच्चिआं कोले फिरी गए गुरु प्यारे जिन्हां नूं आप नहीं साडे वर्गिआं नूं पता, ते असां किसे नूं फिर की दस देना, अगों सिख्या की मिल जाणी है। इसे करके साहिबां ने कृपा कीती है, अंधे कहरा दसीए अंधा होए सो जाए। कहिंदे अंधा राह किहनूं दसे भाई, अंधे ने दसे ते भी उही तुरदा जिहनूं आप नहीं दिसदा। पासा कह रहे ने बाणी विच वी इहदे भाई जिहड़े डंभ वाले आ कहिंदा पखंडी लोक ने गुमराह करदे दुनिया नूं, उहनां ने दसे रस्ते ते भी उही तुरदे आ, कह लईए आपां जिन्हां नूं पता ही जिंदगी का कख नहीं है, बस जिधर नूं किसे ने ला दिता बस उधर नूं तुर पे हाँ, जिधर नूं किसे तोर दिता तो उधर ही तुरे जा रहे हैं, बहीरा कत्ती कर दिया दुनिया। पासा ने इसे करके रहमत की है, बाबा जी ने बचन आपां पढ़दे हाँ, जय मार्ग पंडित गए पासे परी बहीरा, पासे परी पिसे ला के बड़िया नूं बहीरा बनातियां, बसे ला लिया मगर ला लिया भेक दिखा दिखा की दुनिया नूं। पासा कहने ने एक औकट घाटी राम की औखी घाटी, राम प्यारे नूं मिलन वाली उहनूं समझण वाली ते रहे हो कबीर। बाबा जी कहने असीं तां भाई उधर नूं चढ़े हाँ, उत्थे पहुंचना कीता है, सुरोब सर आओ आपां भी पहुंचण की कोशिश करिए। ते मालक कहने होए सजाखा नानका ਸੋ ਕਿਉਂ ਉਜੜ ਪਾਏ, ਜਿਹੜਾ ਸਜਾਖਾ ਹੋ ਜਾਵੇ ਜਿਹਦੇ ਕੋਲੇ ਆਹ ਨੇਤਰ ਆ ਜਾਵੇ, ਕਹਿੰਦਾ ਗਿਆਨ ਵਾਲਾ ਪ੍ਰਕਾਸ਼ਿਤ ਹੋ ਜਾਵੇ ਜਿਹਦੇ ਅੰਦਰ ਗੁਰੂ ਦੀ ਬਾਣੀ ਦਾ। ਪਾਤਸ਼ਾਹ ਕਹਿੰਦੇ ਨੇ ਉਹ ਭਾਈ ਫਿਰ ਮੁੜ ਕੇ ਉਜੜੇ ਰਾਹਾਂ ਵਿੱਚ ਨਹੀਂ ਜਾਂਦਾ, ਭਾਵ ਕੀ ਹੈ ਵੀ ਉਹ ਮਾੜੇ ਪਾਸੇ ਨਹੀਂ ਜਾਂਦਾ ਭਾਈ, ਝੂਠ ਦੀ ਦੁਕਾਨ 'ਤੇ ਨਹੀਂ ਕਿਤੇ ਜਾਂਦਾ, ਉਹ ਨਹੀਂ ਕਿਸੇ ਇੱਧਰ ਉੱਧਰ ਪਾਸੇ ਜਾਂਦਾ, ਉਹ ਜਾਏਗਾ ਅਤੇ ਸਤ ਸੰਗਤ ਵਿੱਚ ਜਾਏਗਾ, ਗੁਰੂ ਕੇ ਦਰਬਾਰ ਕੋਲ ਜਾਏਗਾ, ਰੱਬ ਦੇ ਪਿਆਰਿਆਂ ਕੋਲ ਜਾਏਗਾ, ਇੱਧਰ ਉੱਧਰ ਨਹੀਂ ਉਹ ਫੋਕਟ ਧੰਦਿਆਂ ਵਾਲਿਆਂ ਕੋਲ ਨਹੀਂ ਜਾਂਦਾ। ਇਸੇ ਕਰਕੇ ਸੋ ਇਹ ਸਾਹਿਬਾਂ ਨੇ ਕਿਰਪਾ ਕੀਤੀ, ਕੱਲ ਆਪਾਂ ਸਮਝਣਾ ਕੀਤਾ, ਅੰਧੇ ਇਹ ਨਾ ਆਖੀਏ ਜਨਮੁਖ ਲੋਇਣ ਨਾ ਆਏ, ਅੰਧੇ ਸਹੀ ਨਾਨਕਾ ਖਸਮੋ ਘੁੱਤੇ ਜਾਏ, ਇੱਥੋਂ ਤਾਂ ਹੀ ਆਪਾਂ ਕੱਲ ਪੜ੍ਹਿਆ ਸੀ ਪਹਿਲਾ ਸਲੋਕ। ਅੱਜ ਦੂਜੇ ਸਲੋਕ ਵਿੱਚ ਸਤਿਗੁਰੂ ਜੀ ਰਹਿਮਤ ਕਰਦੇ ਨੇ, ਆਓ ਆਪਾਂ ਹੁਣ ਵਿਸਥਾਰ ਵਿੱਚ ਨਾ ਜਾਈਏ, ਸਤਿਗੁਰੂ ਕਿਰਪਾ ਕਰ ਰਹੇ ਨੇ ਆਪਾਂ ਸਮਝਣਾ ਕਰੀਏ। ਦੂਸਰਾ ਸਲੋਕ, ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ, ਜੇ ਆ ਜਾਣ ਤੇ ਉਹ ਵਰਤੈ ਜੇ ਸਭ ਆਖੈ ਕੋਏ। ਪਾਸਾ ਕਰੇ ਸਾਹਿਬ ਅੰਧਾ ਜੋ ਕੀਆ, ਜਿਹੜਾ ਮਾਲਕ ਵੱਲੋਂ ਹੀ ਅੰਧਾ ਹੈ ਭਾਈ, ਮਾਲਕ ਵੱਲੋਂ ਅੰਧਾ ਵੀ ਜਿਹਨੇ ਮਾਲਕ ਨੂੰ ਪਛਾਣਿਆ ਹੀ ਨਹੀਂ ਹੈ, ਜਿਹਨੇ ਸਮਝਣਾ ਹੀ ਨਹੀਂ ਕੀਤਾ ਮਾਲਕ ਨੂੰ, ਕਰੇ ਸੁਜਾਖਾ ਹੋਏ, ਕਰੇ ਜੇ ਕਿਤੇ ਮਾਲਕ ਰਹਿਮਤ ਕਰ ਦੇਵੇ ਕਹਿੰਦਾ ਤਾਂ ਸੁਜਾਖਾ ਹੋ ਸਕਦਾ, ਤਾਂ ਗਿਆਨ ਆ ਸਕਦਾ, ਨਹੀਂ ਤਾਂ ਅਸੀਂ ਮਾਲਕ ਤੋਂ ਟੁੱਟੇ ਹੋਏ ਉਦਾਂ ਹੀ ਤੁਰੇ ਫਿਰਦੇ ਹਾਂ। ਬੇਸ਼ੱਕ ਅਸੀਂ ਲੱਖ ਆਖੀ ਜਾਈਏ ਕਹਿੰਦਾ ਵੀ ਸਾਨੂੰ ਸਭ ਕੁਝ ਦਿਸਦਾ, ਪਰ ਜੋ ਵੇਖਣਾ ਸੀ ਉਹ ਨਹੀਂ ਵੇਖਿਆ, ਸਾਨੂੰ ਜੋ ਵੇਖਣਾ ਸੀ ਉਹ ਨਹੀਂ ਵੇਖ ਰਿਹਾ। ਜਿਵੇਂ ਆਪਾਂ ਕਾਫੀਆਂ ਪੜ੍ਹਦੇ ਹਾਂ ਬੁੱਲੇ ਸ਼ਾਹ ਦੀਆਂ, ਬੁੱਲੇ ਸ਼ਾਹ ਵਾਰ ਵਾਰ ਕਿਹਾ ਕਰਦਾ ਨੈਤ ਜੀ ਗੁਰੂ ਸਨ ਬੁੱਲੇ ਸ਼ਾਹ ਦੇ, ਥੋੜ੍ਹੇ ਸਮੇਂ ਬਾਅਦ ਕਹਿਣਾ ਗੁਰੂਦੇਵ ਅੱਲਾ ਕੋ ਮਿਲਾ ਦਿਓ, ਉਹ ਰੱਬ ਨੂੰ ਵਿਖਾ ਦਿਓ, ਨਜ਼ਰ ਨਹੀਂ ਆਉਂਦਾ ਮੇਰੇ ਅੰਦਰ, ਚਾਹੁੰਦਾ ਵੀ ਮੈਂ ਵੇਖਾਂ। ਬੜਾ ਕੁਛ ਕਹਿਣਾ ਨੈਤ ਜੀਆਂ ਨੇ ਅਤੇ ਫਿਰ ਵਾਰ ਵਾਰ ਕਹਿਣਾ, ਅਤੇ ਇੱਕ ਬੁੱਲੇ ਜੀ ਨੂੰ ਕਹਿਣ ਲੱਗੇ ਆ ਬੁੱਲਿਆ ਰੱਬ ਤੇ ਤੋਂ ਵੱਖ ਨਹੀਂ, ਪਰ ਅਜੇ ਤੇਰੀ ਉਹ ਗਿਆਨ ਵਾਲੀ ਅੱਖ ਨਹੀਂ, ਉਹ ਵੇਖਣ ਵਾਲੀ ਅੱਖ ਨਹੀਂ, ਕਹਿੰਦੇ ਰੱਬ ਤੇਰੇ ਕੋਲ ਹੀ ਹੈ, ਤੈਨੂੰ ਅੰਦਰੋਂ ਹੀ ਮਿਲ ਪੈਣਾ,
पर अजे तेरे अंदर वह ज्ञान पैदा नहीं होया। पहला मन नू अपने नू समझाउणा कर, मन नू सच्चे पासे लाउणा कर। कहिंदे एक दिन नैत जी पनीरी पट रहे ने गंढिया की, पट के पावा पट्टी जांदिया फिर दूसरे पासे लाए जांदिया कला कला करके, फिर उत्थों गंढे पैदा हुंदे ने। इहो ही पट गए है ते फिर गल कहिंदे चल पी। बुढ़ा जी कहिंदे ने ऐ गुरदेव कृपा कर दिओ, फिर मन फिर किद्दां मोड़िया जाए, मन किवें समझे। मैं तां वेखणा चाहुंदा रब नूं, तुसीं कहिंदे अजे मन दे विच ज्ञान किवें पैदा होए। ते कहण लगे नैत जी कहिंदे ऐ, कहिंदे बोलिया मन दा की समझाउणा, आ वेख इस पनीरी वांग इधरों पट के इधर लाउणा। भाव के रामदास सतपुरशां दी, कहिंदे बोलिया मन नूं की समझाउणा, इधरों पटना इधर लाउणा। भाव के असारी ने कहिंदे आ वेख ਇਹ ਇੱਧਰ ਲੱਗਿਆ ਹੋਇਆ ਇੱਕ ਥਾਂ 'ਤੇ, ਅਤੇ ਇੱਥੋਂ ਪੱਟ ਕੇ ਇੱਧਰ ਲਾ ਲੈਣਾ, ਜਿਹਨੂੰ ਇੱਥੋਂ ਨਾ ਇੱਥੋਂ ਪੱਟ ਕੇ ਇੱਧਰ ਲਾਇਆ ਤਾਂ ਇਹਦਾ ਕੁਛ ਨਹੀਂ ਬਣਨਾ। ਆਪਾਂ ਸਾਰੀ ਜਾਣਦੇ ਵੀ ਇੱਕ ਥਾਂ 'ਤੇ ਜਿੱਥੇ ਬੀਜੀ ਹੈ ਪਨੀਰੀ ਉੱਥੇ ਹੀ ਖੜੀ ਰਹੇ, ਕੁਝ ਨਹੀਂ ਬਣਦਾ। ਪੁੱਟ ਕੇ ਲਾਇਆ ਜਾਂਦਾ ਅਤੇ ਉਹ ਕਿਸੇ ਦਾ ਸਵਾਦ ਬਣਦਾ, ਭਾਵ ਕਿ ਗੰਢਾ ਬਣਦਾ, ਤੜਕਾ ਲਾਇਆ ਜਾਂਦਾ, ਕੀ ਕੁਝ ਕਰਦੇ ਹਾਂ, ਕਿੰਨੀ ਵਰਤੋਂ ਹੁੰਦੀ ਹੈ। ਪਰ ਜੇ ਉੱਥੇ ਹੀ ਖੜਾ ਛੱਡ ਦਿੱਤਾ ਪਨੀਰੀ ਦਾ ਕੁਛ ਨਹੀਂ ਬਣਦਾ। ਭਾਵ ਕੀ ਆਖਣਾ ਕੀਤਾ ਵੀ ਬੋਲਿਆ ਵੀ ਆਹ ਵਾਸਨਾਵਾਂ ਵਿੱਚੋਂ ਇੱਧਰੋਂ ਸੱਟਣਾ ਪਵੇਗਾ, ਮਨ ਨੂੰ ਪਟਣਾ ਪਵੇਗਾ, ਅਤੇ ਇੱਧਰ ਭਾਵ ਕੇ ਦੂਸਰੇ ਬਣੇ ਨਿਰੰਕਾਰ ਵੱਲ ਲਾਉਣਾ ਪਵੇਗਾ, ਫਿਰ ਗੱਲ ਬਣੇਗੀ। ਇਸ ਕਰਕੇ ਭਾਵ ਕੇ ਸਤਿਗੁਰਾਂ ਸਮਝਾਉਣਾ ਕੀਤਾ ਹੈ ਵੀ ਜੇਕਰ ਭਾਈ ਸਾਨੂੰ ਐਸਾ ਗਿਆਨ ਹੀ ਨਹੀਂ, ਅਸੀਂ ਮਾਲਕ ਵੱਲ ਵੇਖਣਾ ਹੀ ਨਹੀਂ ਕੀਤਾ। ਅਸੀਂ ਤਾਂ ਅੱਜ ਕਹਿੰਦੇ ਹਾਂ ਵੀ ਸਾਡੇ ਕੋਲ ਕਿੱਥੇ ਸਮਾਂ, ਵੀ ਸਾਡੇ ਧੰਦੇ ਬਹੁਤ ਵਧੇ ਹੋਏ ਨੇ, ਸਾਡੇ ਕਾਰੋ ਵਿਹਾਰ ਵਧੇ ਹੋਏ ਨੇ, ਬਹੁਤ ਵਧੇ ਨੇ, ਠੀਕ ਹੈ, ਰੱਬ ਵਧਾਵੇ ਕਿਰਪਾ ਕਰੇ। ਪਰ ਪਾਤਸ਼ਾਹ ਨੇ ਸਾਨੂੰ ਆਖਣਾ ਕੀਤਾ ਵੀ ਇਹ ਪਿਆਰਿਆ ਮਨ ਇੱਧਰਲੇ ਬੰਨੇ ਵੀ ਲਾਉਣਾ, ਮਾਲਕ ਨਾਲ ਵੀ ਜੋੜਨਾ, ਇਸ ਕੰਮ ਨੂੰ ਵੀ ਸਮਝਣਾ, ਇੱਧਰ ਵੀ ਖਿਆਲ ਕਰਨਾ ਵੀ ਸਾਡੀ ਜ਼ਿੰਦਗੀ ਦਾ ਵੀ ਸਫ਼ਰ ਅਸੀਂ ਸਹੀ ਤਰੀਕੇ ਨਾਲ ਲੈ ਕੇ ਜਾਈਏ। ਕਿਉਂਕਿ ਮਹਾਰਾਜ ਬਾਣੀ ਵਿੱਚ ਕਹਿ ਰਹੇ ਨੇ ਸਾਨੂੰ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਜਿਸ ਆਹਰ ਜਗ ਉਧਰ ਹੈ ਬਿਰਲਾ ਬੂਝੇ ਕੋਏ। ਪਾਤਸ਼ਾਹ ਕਹਿੰਦਾ ਇਸ ਆਪਾਂ ਸ਼ਬਦ ਦੀ ਬੜੀ ਵਾਰ ਵਿਚਾਰ ਕੀਤੀ ਹੈ ਵੀ ਪਾਤਸ਼ਾਹ ਨੇ ਆਖਣਾ ਕੀਤਾ ਵੀ ਆਹ ਤਾਂ ਬੰਦਾ ਕੰਮ ਕਾਜ ਸਾਰੇ ਕਰਦਾ ਫਿਰਦਾ, ਕਰਨੇ ਚਾਹੀਦੇ ਹਨ, ਪਰ ਇੱਕ ਆਹਰ ਹੈ ਜਿਹੜਾ ਇੱਕ ਉਹ ਨਹੀਂ ਕਰਦਾ ਹੈ, ਉਹ ਨਹੀਂ ਕਰਦਾ ਜਿਹਦੇ ਨਾਲ ਜਾਗਤ ਵਿੱਚੋਂ ਇਹਦਾ ਉਧਾਰ ਹੋਣਾ, ਛੁਟਕਾਰਾ ਹੋਣਾ, ਜਿਹਦੇ ਨਾਲ ਮਿਲਾਪ ਹੋਣਾ। ਉਹ ਕਿਹੜਾ ਆਹਰ? ਉਹ ਆ ਗੁਰੂ ਕੀ ਸੰਗਤ, ਉਹ ਹੈ ਰੱਬ ਦਾ ਨਾਮ, ਉਹ ਹੈ ਸੱਚ ਦੀ ਪਛਾਣ। ਅਤੇ ਪਾਤਸ਼ਾਹ ਕਹਿੰਦੇ ਨੇ ਐ ਪਿਆਰਿਆ ਸੱਚ ਨਾਲ ਜੁੜ ਕੇ ਸੱਚ ਦੀ ਪਛਾਣ ਕਰ, ਪਰਮਾਤਮਾ ਨੂੰ ਧਿਆਨ ਵਿੱਚ ਰੱਖ। ਕਿਉਂ ਕਹਿ ਲਈ ਵੀ ਗੁਰਸਿੱਖਾਂ ਲਈ ਸਾਹਿਬ ਕਹਿੰਦੇ ਗੁਰੂ ਸਿੱਖਾ ਗੁਰੂ ਕੀ ਬਾਣੀ ਨੂੰ ਪੜ੍ਹਿਆ ਕਰ, ਬਾਣੀ ਨੂੰ ਸਮਝਣਾ ਕਰ, ਜਿੱਥੇ 24 ਘੰਟਿਆਂ ਵਿੱਚ ਸਾਰਾ ਆਪੋ ਆਪਣੇ ਭਾਵ ਕੇ ਕੰਮਾਂ ਧੰਦਿਆਂ ਦਾ ਟਾਈਮ ਸੈਟਲ ਕਰਿਆ ਹੋਇਆ, ਉੱਥੇ ਆਹ ਵੀ ਸੈੱਟ ਕਰ ਲਾ ਵੀ 5-7 ਮਿੰਟ 10 ਮਿੰਟ ਰੱਬ ਬਾਰੇ ਵੀ ਅਸੀਂ ਗੱਲਬਾਤ ਕਰ ਲਈਏ, ਸੁਣ ਲਈਏ, ਵਿਚਾਰ ਲਈਏ, ਪੜ੍ਹ ਲਈਏ। ਭਾਵ ਕੀ ਇਹ ਵੀ ਗਿਆਨ ਅਸੀਂ ਲੈ ਲਈਏ, ਇਹ ਵੀ ਅੱਤ ਜ਼ਰੂਰੀ ਹੈ। ਪਾਤਸ਼ਾਹ ਕਹਿੰਦੇ ਇਹ ਆਹਾਰ ਤੂੰ ਕਰ ਨਹੀਂ ਰਿਹਾ, ਬਿਰਲੇ ਨੇ ਭਾਗਾਂ ਵਾਲੇ ਨੇ ਜਿਹੜੇ ਕਰ ਦਿਆ। ਕਿਉਂਕਿ ਪਾਤਸ਼ਾਹ ਨੇ ਆਖਣਾ ਕੀਤਾ ਕਹਿੰਦਾ ਵੀ ਇਹ ਪਿਆਰਿਓ ਵੀ ਉਹ ਭਾਗਾਂ ਵਾਲੇ ਨੇ ਜਿਹਨਾਂ ਕੋਲ ਪਰਮਾਤਮਾ ਦਾ ਨਾਮ ਹੈ, ਨਾਮ ਦੀ ਯਾਦ, ਨਾਮ ਜਪਦੇ ਆ, ਉਹਨਾਂ ਨੂੰ ਸੰਤ ਵੀ ਪਾਤਸ਼ਾਹ ਨੇ ਆ ਕੇ ਸੰਬੋਧਨ ਕੀਤਾ। ਪੜ੍ਹਦਾ ਭਾਗ ਠੜੀ ਹਰ ਸੰਤ ਤੁਮਾਰੇ, ਜਿਨ ਘਨ ਘਰ ਧਨ ਹਰ ਨਾਮਾ, ਜਿਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਦਾ ਧਨ ਸਮਾਇਆ ਇਕੱਤਰ ਕੀਤਾ ਜਿਹਨਾਂ ਨੇ। ਪਾਤਸ਼ਾਹ ਕਹਿੰਦੇ ਉਹ ਭਾਗਾਂ ਵਾਲੇ ਨੇ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਪ੍ਰਵਾਨ ਗਣੀ ਸੇਈਏ ਆਏ ਸਫਲ ਤਿੰਨਾਂ ਕੇ ਕੰਮ, ਕਹਿੰਦੇ ਉਹ ਪ੍ਰਵਾਨ ਹੋ ਜਾਂਦੇ ਆ, ਗਿਣੇ ਜਾਂਦੇ ਆ, ਤੇ ਉਹਨਾਂ ਦੇ ਕਰਮ ਵੀ ਸਫਲ ਹੁੰਦੇ ਆ, ਸੋਹਣੇ ਹੁੰਦੇ ਆ, ਚੰਗੇ ਬਣ ਜਾਂਦੇ ਆ, ਘਾਟਾ ਨਹੀਂ ਰਹਿੰਦਾ, ਕੋਈ ਸਫਲਤਾ ਹੀ ਸਫਲਤਾ ਮਿਲਦੀ ਆ, ਸਫਲ ਤਿੰਨਾਂ ਕੇ ਕੰਮ ਹੁੰਦੇ ਆ ਪਾਤਸ਼ਾਹ ਨੇ। ਇਸੇ ਕਰਕੇ ਸਾਹਿਬ ਨੇ ਇਹ ਰਹਿਮਤ ਕੀਤੀ ਹੈ ਸਾਨੂੰ ਭਾਗਾਂ ਵਾਲੇ ਆਖ ਕੇ ਕਹਿਣਾ ਕੀਤਾ ਹੈ, ਬਟ ਭਾਗੀ ਹਰ ਸੰਗਤ ਪਾਵ ਹੈ, ਭਾਗਹੀਣ
ਭ੍ਰਮ ਚੋਟਾ ਖਾਵੇ। ਪਾਤਸ਼ਾਹ ਕਹਿੰਦੇ ਭਾਈ ਵੱਡੇ ਭਾਗਾਂ ਵਾਲੇ ਰੱਬ ਦੀ ਸੰਗਤ ਕਰਦੇ ਆ, ਵੀ ਸੰਗਤ ਲਈ ਟਾਈਮ ਰੱਖਦੇ ਆ, 24 ਘੰਟੇ ਦੇ ਸਾਡੇ ਕੋਲ ਸਾਰੇ ਕੰਮਾਂ ਧੰਦਿਆਂ ਲਈ ਸਾਡੇ ਟਾਈਮ ਰੱਖੇ ਹੋਏ ਨੇ ਵੀ ਆਹ ਟਾਈਮ 'ਤੇ ਆਹ ਕਰਨਾ ਅਤੇ ਆਹ ਕਰਨਾ। ਪਰ ਵੱਡੇ ਭਾਗਾਂ ਵਾਲੇ ਆ ਸਾਹਿਬ ਕਹਿੰਦੇ ਜਿਹੜੇ ਆਹ ਵੀ ਟਾਈਮ ਰੱਖਦੇ ਆ ਨਾਲ ਸੰਗਤ ਵਾਲਾ, ਕਿਉਂਕਿ ਬਾਕੀ ਕੰਮ ਤਾਂ ਕਰਦੇ ਆ। ਪਹਿਲਾਂ ਵੀ ਆਪਾਂ ਪੜ੍ਹਿਆ, ਸਾਹਿਬ ਕਹਿੰਦੇ ਆਹਰ ਸਭ ਕਰਦਾ ਵੀਰੇ, ਆਹਰ ਇੱਕ ਨਾ ਹੋਏ, ਹੋਰ ਸਾਰੇ ਕੰਮਾਂ ਲਈ ਸਾਰੇ ਟਾਈਮ ਬਣਾਈ ਫਿਰਦਾ। ਅਤੇ ਪਾਤਸ਼ਾਹ ਕਹਿੰਦੇ ਆਹ ਨਹੀਂ ਕੰਮ ਹੁੰਦਾ ਤੇ ਤੋਂ, ਜੇ ਕਰ ਲਾ ਭਲਾ ਹੀ ਹੋਵੇਗਾ। ਪਾਤਸ਼ਾਹ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ। ਪਾਤਸ਼ਾਹ ਕਹਿੰਦੇ ਭਾਗਹੀਣ ਭ੍ਰਮ ਚੋਟਾਂ ਖਾਵੇ, ਜਿਹੜਾ ਭਾਗਾਂ ਤੋਂ ਹੀਣਾ, ਹੀਣਾ ਕਿਹਨੂੰ ਕਹਿੰਦੇ ਨੇ, ਖਾਲੀ ਨੂੰ, ਜਿਹੜਾ ਖਾਲੀ ਹੈ, ਖਾਲੀ। ਅੱਜ ਗੁਰੂ ਪਿਆਰਿਓ ਜੇ ਕਹਿ ਲਈਏ ਆਪਾਂ, ਕਹਿੰਦਾ ਸੋਚੀਏ ਵਿਚਾਰ ਕਰੀਏ ਤੇ ਬਿਰਲੇ ਨੇ ਜਿਹੜੇ ਭਰੇ ਹੋਏ ਨੇ ਰਸ ਨਾਲ, ਅੰਦਰੋਂ ਆਨੰਦ ਨਾਲ ਨਹੀਂ, ਅੰਦਰੋਂ ਅਸੀਂ ਆਨੰਦ ਤੋਂ ਵਾਂਝੇ ਹਾਂ, ਖੁਸ਼ੀ ਤੋਂ ਵਾਂਝੇ ਹਾਂ, ਅੰਦਰ ਸਾਡੇ ਸਕੂਨ ਬਿਰਲਿਆਂ ਦੀ ਬਣਦਾ। ਨਹੀਂ ਤਾਂ ਹਰ ਇੱਕ ਕਹਿੰਦਾ ਵੀ ਪਤਾ ਨਹੀਂ ਮਨ ਨੂੰ ਕੀ ਹੋਇਆ ਜੀ, ਮਨ ਹੀ ਨਹੀਂ ਖੜਦਾ, ਮਨ ਭਟਕਦਾ ਰਹਿੰਦਾ, ਬੇਚੈਨੀ ਹੈ, ਨੀਂਦਰਾਂ ਨਹੀਂ ਆਉਂਦੀਆਂ, ਆਰਾਮ ਹੀ ਨਹੀਂ ਮਿਲ ਰਿਹਾ, ਥੱਕੇ ਥੱਕੇ ਮਹਿਸੂਸ ਹੁੰਦੇ ਆ। ਇਹ ਸਾਰੀਆਂ ਗੱਲਾਂ ਉਹ 'ਚ ਹੀ ਆ ਜਾਂਦੀਆਂ ਨੇ। ਪਾਤਸ਼ਾਹ ਕਹਿੰਦੇ ਨੇ ਵੀ ਆਹ ਪਿਆਰਿਆ, ਜੇ ਤੂੰ ਆਨੰਦ ਲੈਣਾ, ਅੰਦਰੋਂ ਭਰਨਾ ਰਸ ਦੇ ਨਾਲ, ਆਨੰਦ ਦੇ ਨਾਲ, ਖੁਸ਼ੀ ਦੇ ਨਾਲ, ਤਾਂ ਗੁਰੂ ਕੀ ਸੰਗਤ ਕਰ, ਗੁਰੂ ਕੇ ਬਚਨਾਂ ਨੂੰ ਸੁਣਨਾ ਕਰ। ਨਹੀਂ ਤਾਂ ਪਾਤਸ਼ਾਹ ਕਹਿੰਦੇ ਨੇ ਜਿਹੜਾ ਭਾਗਾ ਤੋਂ ਹੀਣਾ ਖਾਲੀ ਹੈ ਕਿ ਨਾ, ਉਹ ਭਰਮਾਂ ਵਿੱਚ ਪੈ ਕੇ ਚੋਟਾਂ ਹੀ ਖਾਂਦਾ ਹੈ, ਚੋਟਾਂ ਹੀ ਹੁੰਦੀਆਂ ਨੇ। ਕਦੇ ਕਿਤੇ ਕਿਤੇ ਜੁੜ ਜਾਂਦੇ ਹਾਂ ਅਸੀਂ ਖੁਸ਼ੀਆਂ ਲੈਣ ਲਈ, ਵੀ ਸਾਨੂੰ ਜੀ ਚੈਨ ਆ ਜੇ, ਸ਼ਾਂਤੀ ਆ ਜੇ, ਚਿੰਤਾਵਾਂ ਖਤਮ ਹੋ ਜਾਣ। ਕਦੇ ਕਿਤੇ ਜਾਂਦੇ ਹਾਂ ਕਿਤੇ, ਪਰ ਚੋਟਾਂ ਹੀ ਨੇ ਗੁਰੂ ਪਿਆਰਿਓ, ਪੱਲੇ ਕੁਛ ਨਹੀਂ ਪੈਂਦਾ ਕਿਤੋਂ ਵੀ। ਆਪਣੇ ਸਮੇਂ ਦੀ ਬਰਬਾਦੀ ਵੀ ਕਰਦੇ ਹਾਂ ਨਾਲ, ਅਤੇ ਨਾਲ ਮਾਇਆ ਦੀ ਬਰਬਾਦੀ ਵੀ ਕਰਦੇ ਹਾਂ, ਬੜਾ ਕੁਛ ਕਰਦੇ ਫਿਰਦੇ ਹਾਂ, ਗੱਲ ਨਹੀਂ ਬਣਦੀ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਸੰਗਤ ਕਰ ਪਿਆਰਿਆ, ਜੇ ਸੰਗਤ ਕਰੇਗਾ, ਸੰਗਤ ਵਿੱਚੋਂ ਹੀ ਰੰਗਤ ਆਵੇਗੀ, ਮਨ ਰੰਗਿਆ ਜਾਵੇਗਾ, ਆਨੰਦਿਤ ਹੋ ਜਾਏਗਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਸੰਗਤ ਕਰ। ਸੰਗਤ ਵਿੱਚ ਕਰਨਾ ਕੀ ਹੈ ਅਸੀਂ? ਗੁਰੂ ਕੇ ਨਾਮ ਨੂੰ ਸੁਣਨਾ ਹੀ ਹੈ। ਸੁਣਨ ਦੇ ਨਾਲ ਹੀ ਪਾਤਸ਼ਾਹ ਨੇ ਆਖਣਾ ਕੀਤਾ, ਡਿੱਗ ਪੜ੍ਹੀ ਜਾਂਦੇ ਹਾਂ ਆਪਾਂ। ਸਾਹਿਬ ਕਹਿੰਦੇ ਨੇ ਸੁਣਿਆ ਦੁੱਖ ਪਾਪ ਕਾ ਨਾਸ਼, ਪੜ੍ਹਦੇ ਆਪਾਂ ਰੋਜ਼ਾਨੇ 4 ਪੌੜੀਆਂ ਵਿੱਚ, ਨਾਨਕ ਭਗਤਾ ਸਦਾ ਵਿਗਾਸ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਸ ਭਗਤੀ ਵਿੱਚ ਜੁੜਦੇ ਆ, ਉਹਨਾਂ ਦਾ ਸਦਾ ਹੀ ਵਿਗਾਸ। ਵਿਗਾਸ ਕਿਹਨੂੰ ਕਹਿੰਦੇ? ਖੇੜੇ ਨੂੰ, ਆਨੰਦ ਨੂੰ, ਖੁਸ਼ੀ ਨੂੰ। ਸੁਣਨ ਦੇ ਨਾਲ ਹੀ ਕਹਿੰਦੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਇਸੇ ਕਰਕੇ ਪਾਤਸ਼ਾਹ ਨੇ ਆਖਣਾ ਕੀਤਾ ਵੀ ਪਿਆਰਿਆ ਸੁਣਨਾ ਕਰ, ਸੁਣੇਗਾ ਅੰਦਰ ਰਸ ਬਣੇਗਾ। ਭਾਗਾਂ ਵਾਲੇ ਕਿਹਾ ਪਾਤਸ਼ਾਹ ਨੇ, ਤੇ ਭਾਗਾਂ ਤੋਂ ਖਾਲੀ ਕਿਹਾ ਉਹਨਾਂ ਨੂੰ, ਤੇ ਜਿਹਨਾਂ ਨੇ ਕਦੇ ਗੁਰੂ ਕੀ ਸੰਗਤ ਨਹੀਂ ਕਰਨੀ, ਨਹੀਂ ਕਰਦੇ। ਇਸੇ ਕਰਕੇ ਸਾਹਿਬ ਕਹਿੰਦੇ ਭਾਗਹੀਣ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਵਿਸੇ ਵਿਕਾਰੀ ਮੈਲ ਭਰਦੀ ਹੈ ਬਿਨਾਂ ਸੰਗਤ ਤੋਂ। ਇਸੇ ਕਰਕੇ ਸਾਹਿਬ ਨੇ ਇਹ ਕਿਰਪਾ ਕੀਤੀ, ਸਾਨੂੰ ਸਮਝਾਉਣਾ ਕੀਤਾ ਹੈ ਵੀ ਇਹ ਪਿਆਰਿਆ ਸਾਹਿਬ ਅੰਧਾ ਜੋ ਕੀ ਆ ਕਰੇ ਸੁਜਾਖਾ ਹੋਏ। ਜਿੱਥੇ ਮਾਲਕ ਕਿਰਪਾ ਕਰਦੇ ਆ, ਆਹ ਕਿਰਪਾ ਹੀ ਹੋ ਰਹੀ ਹੈ ਬਾਣੀ ਦੁਆਰਾ ਸਾਰੀ। ਇਸ ਬਾਣੀ ਦੁਆਰਾ ਸਾਡੇ ਨੇਤਰ ਬਣਦਾ, ਕਿਹੜਾ ਨੇਤਰ? ਸੱਚ ਤੇ ਝੂਠ ਦੀ ਪਰਖ ਕਰਨ ਵਾਲਾ, ਸਹੀ ਤੇ ਗਲਤ ਦੀ ਪਰਖ ਕਰਨ ਵਾਲਾ, ਉਹ ਨੇਤਰ ਬਣਦਾ ਫਿਰ। ਨਹੀਂ ਤਾਂ ਅਸੀਂ ਗੁਰੂ ਪਿਆਰਿਓ ਇੱਕ ਦੂਸਰਿਆਂ 'ਤੇ ਸੁੱਟੀ ਫਿਰਦੇ ਹਾਂ, ਫਿਰ ਨਿਆਂ ਕਰਾਉਂਦੇ ਫਿਰਦੇ ਹਾਂ, ਫੈਸਲੇ ਕਰਾਉਂਦੇ ਫਿਰਦੇ ਹਾਂ ਆਪਸ ਵਿੱਚ, ਵੀ ਦੱਸੋ ਜੀ ਸੱਚਾ ਕਿਹੜਾ, ਝੂਠਾ ਕਿਹੜਾ। ਫਿਰ ਪਤਾ ਨਹੀਂ ਗਾਂਹ ਵੀ ਕੋਈ ਸੱਚ ਨੂੰ ਝੂਠ ਬਣਾ ਦਿੰਦਾ, ਕੋਈ ਝੂਠ ਨੂੰ ਸੱਚ ਬਣਾ ਦਿੰਦਾ, ਇੱਦਾਂ ਕਰਮ ਹੁੰਦੇ ਆ। ਪਰ ਜੇ ਗੁਰਬਾਣੀ ਨਾਲ ਜੁੜਾਂਗੇ ਪਾਤਸ਼ਾਹ ਫਿਰ ਰਹਿਮਤ ਕਰਦੇ ਆ। ਆਓ ਆਪਾਂ ਕੋਸ਼ਿਸ਼ ਕਰੀਏ, ਸਤਿਗੁਰੂ ਕਿਰਪਾ ਕਰ। ਸਾਹਿਬ ਕਹਿੰਦੇ ਜੇ ਹਾ ਜਾਣੈ ਤੇ ਹੋ ਵਰਤੈ, ਜੇ ਸੋ ਆਖੇ ਕੋਈ। ਪਾਤਸ਼ਾਹ ਕਹਿੰਦੇ ਭਾਈ ਭਾਵੇਂ ਕੋਈ 100-100 ਵਾਰੀ ਗੱਲ ਸਮਝਾਵੇ, ਅੰਧੇ ਮਨ ਨੂੰ, ਗੱਲ ਅੰਧੇ ਦੀ ਚੱਲ ਰਹੀ ਹੈ, ਪ੍ਰਕਰਨ ਅੰਧੇ ਦਾ ਚੱਲ ਰਿਹਾ ਆਰੰਭਤਾ ਤੋਂ। ਪਾਤਸ਼ਾਹ ਕਹਿੰਦੇ ਚਾਹੇ 100 ਵਾਰੀ ਸਮਝਾਵੀਏ ਅੰਧੇ ਨੂੰ ਗੁਰੂ ਪਿਆਰਿਓ, ਪਰ ਜਿਹੜਾ ਅੰਧਾ ਹੁੰਦਾ ਹੈ ਉਹਨੂੰ ਦੁਨੀਆਦਾਰੀ ਦੀ ਸਮਝ ਕੋਈ ਨਹੀਂ ਆਉਣੀ, ਜਿਹਨੇ ਕੁਛ ਵੇਖਿਆ ਹੀ ਨਹੀਂ ਹੈ। ਜੇ ਆਪਾਂ ਕਹੀਏ ਵੀ ਫਲਾਣਾ ਭਾਈ ਇੱਦਾਂ ਦਾ ਹੈ, ਮੁਹਾਵਰੇ ਦੱਸੀ ਜਾਈਏ ਸਾਰੇ, ਪਰ ਜਿਹੜੇ ਵਿਚਾਰੇ ਨੂੰ ਮੇਰੇ ਅੱਗੇ ਦਿਸਦਾ ਕੁਛ ਨਹੀਂ,
ਉਹ ਕੀ ਜਾਣੇ ਵੀ ਏਦਾਂ ਕੀ ਹੁੰਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਜਿਹਨੂੰ ਗਿਆਨ ਨਹੀਂ ਭਾਈ ਗਿਆਨ ਤੋਂ ਵਿਹੂਣਾ ਜੀਵ ਹੈ ਉਹਨੂੰ ਜਿੰਨਾ ਮਰਜ਼ੀ ਸਮਝਾਈ ਜਾਈਏ ਅੰਧੇ ਨੇ ਤਾਂ ਆਪਣਾ ਅੰਧ ਵਰਤਾਈ ਕਰਨਾ ਹੁੰਦਾ ਕਿਉਂਕਿ ਪਾਤਸ਼ਾਹ ਕਹਿੰਦੇ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਬਿਨਾਂ ਗੁਰੂ ਤੋਂ ਸਾਹਿਬ ਕਹਿੰਦੇ ਨੇ ਅੰਧ ਧੁੰਦ ਵਰਤ ਰਹੀ ਹੈ। ਇਸੇ ਕਰਕੇ ਸਾਹਿਬ ਕਹਿੰਦੇ ਜਿੱਥੇ ਸੋ ਵਸਤ ਨਾ ਜਪ ਹੋਈ ਆਪੇ ਵਰਤੋ ਜਾਣ ਨਾਨਕ ਗਾਹਕ ਕਿਉਂ ਲਏ ਸਕੇ ਨਾ ਵਸਤ ਪਛਾਣ। ਪਾਤਸ਼ਾਹ ਕਹਿੰਦੇ ਜਿੱਥੇ ਸੋ ਵਸਤ ਨਾ ਜਾਪੀ ਕਹਿੰਦੇ ਜਿੱਥੇ ਭਾਈ ਵਸਤੂ ਨੂੰ ਕੋਈ ਜਾਪਦਾ ਹੀ ਨਹੀਂ ਜਾਣਦਾ ਹੀ ਨਹੀਂ ਹੈ ਆਪੇ ਵਰਤੋ ਜਾਣ ਜਿੱਥੇ ਆਪੋ ਹੀ ਵਰਤਾਵ ਹੋ ਰਿਹਾ ਵੀ ਆਪਣੀ ਮਰਜ਼ੀ ਚੱਲਦੀ ਹੈ ਜਿਹਨੂੰ ਮਨਮੁਖਤਾ ਹੀ ਕਹਿੰਦੀ ਹੈ। ਪਾਤਸ਼ਾਹ ਕਹਿੰਦੇ ਨਾਨਕ ਗਾਹਕ ਕਿਉਂ ਲਏ ਸਕੇ ਨਾ ਵਸਤ ਪਛਾਣ ਜਿੱਥੇ ਵਸਤੂ ਦੀ ਪਛਾਣ ਨਹੀਂ ਪਰ ਗਾਹਕ ਕਿੱਥੇ ਹੋਣਾ ਵਸਤੂ ਦੀ ਪਛਾਣ ਨਹੀਂ ਹੈ ਪਰ ਗਾਹਕੀ ਕਾਹਦੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਵਸਤੂ ਨੂੰ ਪਛਾਣਨਾ ਕਰ ਸਾਹਿਬਾ ਸਾਨੂੰ ਦੱਸਦਿਆ ਪਿਆਰਿਆ ਤੂੰ ਜਿਹੜੀ ਵਸਤੂ ਲੈਣ ਲਈ ਆਇਆ ਕਹਿੰਦਾ ਉਹ ਵਸਤੂ ਲੈ ਲੈ ਕਿ ਅਸੀਂ ਜੋ ਲੈਣ ਲਈ ਆਇਆ ਸੰਸਾਰ 'ਤੇ ਬਿਰਲੇ ਨੇ ਰੱਬ ਦੇ ਪਿਆਰੇ ਜਿਹਨਾਂ 'ਤੇ ਗੁਰੂ ਦੀ ਰਹਿਮਤ ਹੋ ਗਈ ਜਿਹਨਾਂ ਨੂੰ ਸਮਝ ਆ ਗਈ ਵੀ ਅਸੀਂ ਕੀ ਉੱਦਾਂ ਤਾਂ ਕਹਿ ਸਕਦੇ ਹਾਂ ਵੀ ਨਾਲ ਕੁਛ ਨਹੀਂ ਜਾਣਾ ਪਿਆਰਿਓ ਗੱਲਾਂ ਤਾਂ ਆਪਾਂ ਕਰਦੇ ਹਾਂ ਸਾਰੀ ਪਰ ਨਾਲ ਨਹੀਂ ਜਾਣਾ ਅਤੇ ਪਾਗੜ ਸਾਡੀ ਉੱਥੇ ਕੀ ਖੜੀ ਹੈ ਵੀ ਜਿਹੜੀਆਂ ਚੀਜ਼ਾਂ ਨਾਲ ਵੀ ਜਾਣੀਆਂ ਜਿਹੜੀ ਨਾਲ ਜਾਣ ਵਾਲੀ ਵਸਤੂ ਸੱਚ ਹੈ ਨਾਲ ਨਿਭਣ ਵਾਲਾ ਸੱਚਾ ਨਾਮ ਹੈ ਉਹਨੂੰ ਬਿਰਲਾ ਜਾਣਦਾ। ਪਾਤਸ਼ਾਹ ਨੇ ਆਖਣਾ ਕੀਤਾ ਕਹਿੰਦਾ ਆਪਾਂ ਪੜ੍ਹਦੇ ਹਾਂ ਪੰਜ ਅਹਿਮ ਰਿਸ਼ਤੇ ਨੇ ਦੁਨੀਆਦਾਰੀ ਦੇ ਵਿੱਚ ਗਿਣੇ ਗਏ ਪੰਜ ਪੰਜਾਂ ਨੂੰ ਪਾਤਸ਼ਾਹ ਨੇ ਕਹਿ ਦਿੱਤਾ ਵੀ ਇਹ ਪੰਜ ਵੀ ਨਾਲ ਵੀ ਜਾ ਸਕਦੇ ਬਾਕੀ ਗੱਲਾਂ ਸਕਦੇ। ਪਾਤਸ਼ਾਹ ਕਹਿੰਦੇ ਜੈ ਮਾਤ ਪਹਿਲੇ ਨੰਬਰ 'ਤੇ ਮਾਤਾ ਪਿਤਾ ਫਿਰ ਕਿਹਾ ਫਿਰ ਪੁੱਤਰ ਭਾਈ ਮਿੱਤਰ ਇਹ ਸਾਰੇ ਗਿਣਿਆ ਪੰਜ ਕਹਿੰਦੇ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ। ਪਾਤਸ਼ਾਹ ਕਹਿੰਦੇ ਮਨ ਓਏ ਮਨਾ ਸੁਣ ਪਾਤਸ਼ਾਹ ਕਹਿੰਦੇ ਜਿੱਥੇ ਇਹ ਵੀ ਨਹੀਂ ਖੜਦੇ ਕਹਿੰਦਾ ਉੱਥੇ ਕੌਣ ਖੜਦਾ ਮਨ ਉਹਾ ਨਾਮ ਤੇਰੇ ਸੰਗ ਸਹਾਈ ਐ ਮਨਾ ਉੱਥੇ ਤੇਰੇ ਨਾਮ ਸੰਗੀ ਸਾਥੀ ਬਣੇਗਾ। ਨਾਮ ਕੀ ਹੈ ਸੱਚ ਹੈ ਸੱਚ ਗੁਰੂ ਪਿਆਰਿਓ ਜਿੱਥੇ ਕੋਈ ਵੀ ਨਹੀਂ ਕੰਮ ਆਉਂਦਾ ਕਹਿੰਦਾ ਉੱਥੇ ਸੱਚ ਕੰਮ ਆ ਜਾਂਦਾ। ਬੜੀ ਵਾਰ ਸੁਣਦੇ ਵੀ ਹਾਂ ਵੱਡਿਆਂ ਤੋਂ ਬਈ ਭਾਈ ਸਾਰੇ ਮੇਰਾ ਤਾਂ ਸਾਥ ਛੱਡ ਗਏ ਸੀ ਪਰ ਜਦੋਂ ਸੱਚ ਦਾ ਪਤਾ ਲੱਗਿਆ ਕਹਿੰਦਾ ਵੀ ਇਹ ਸੱਚ ਹੈ ਅਤੇ ਸੱਚ ਪਤਾ ਲੱਗਣ ਦੇ ਨਾਲ ਮੇਰਾ ਖਹਿੜਾ ਸੁੱਟ ਗਿਆ ਨਹੀਂ ਤਾਂ ਗੱਲ ਨਹੀਂ ਸੀ ਬਣਨੀ। ਬੜੇ ਕਹਿੰਦੇ ਆ ਬੜਿਆਂ ਤੋਂ ਸੁਣਿਆ ਜਾਂਦਾ ਵੀ ਸਾਰੀ ਸਾਥ ਛੱਡ ਗਏ ਸੀ ਮਾਤਾ ਪਿਤਾ ਭੈਣ ਭਰਾਈ ਸਾਖ ਸਾਰੀ ਸੰਬੰਧੀ ਛੱਡ ਗਏ ਸੀ ਪਰ ਇਹ ਤਾਂ ਬਲਾਣੇ ਕੋਲੋਂ ਸੱਚ ਦਾ ਪਤਾ ਲੱਗ ਗਿਆ ਤਾਂ ਮੇਰਾ ਖਹਿੜਾ ਸੁੱਟ ਗਿਆ। ਭਾਵ ਕੀ ਹੈ ਵੀ ਸੱਚ ਜਿਹਦੇ ਭਾਈ ਨਾਲ ਜਿਹਦੇ ਪੱਲੇ ਸੱਚ ਹੈ ਜਿਹਨੇ ਸੱਚੇ ਨਾਮ ਨੂੰ ਸਮਝਿਆ ਹੋਇਆ ਇਹ ਨਾਮ ਭਾਈ ਉੱਥੇ ਫਿਰ ਕੰਮ ਕਰਦਾ ਦੁਨੀਆਦਾਰੀ ਵਿੱਚ ਵੀ ਅੱਗੇ ਰੱਬ ਦੀ ਦਰਗਾਹ ਵਿੱਚ ਜੇ ਕਹੀਏ ਕੋਈ ਅੰਤ ਕਥਨੀ ਨਹੀਂ ਉੱਥੇ ਵੀ ਫਿਰ ਸੱਚ ਕੰਮ ਆਉਂਦਾ। ਇਸੇ ਕਰਕੇ ਪਾਤਸ਼ਾਹ ਨੇ ਆਖਣਾ ਕੀਤਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਿਆ ਜੀਉ ਸੱਚ ਤਾਂ ਜਾਣਿਆ ਜਾਂਦਾ ਪਾਤਸ਼ਾਹ ਕਹਿੰਦੇ ਜੇ ਜਿਉਣ ਦਾ ਢੰਗ ਆਉਂਦਾ ਹੋਵੇ। ਹੁਣ ਜਿਉਣ ਦਾ ਢੰਗ ਅਸੀਂ ਸਾਰੇ ਕਹਿੰਦੇ ਵੀ ਸਾਨੂੰ ਆਉਂਦਾ ਪਰ ਜਿੱਦਾਂ ਦਾ ਜਿਉਣਾ ਚਾਹੀਦਾ ਗੁਰੂ ਸਾਹਿਬ ਸਾਨੂੰ ਦੱਸ ਦਿਆ ਉਹ ਬਿਰਲਿਆਂ ਨੂੰ ਆਉਂਦਾ। ਜਿਵੇਂ ਗੁਰੂ ਸਾਹਿਬ ਜੀ ਸਾਨੂੰ ਤਰੀਕੇ ਵਰਤਣ ਨੂੰ ਦੁਨੀਆਦਾਰੀ ਵਿੱਚ ਕਹਿੰਦਿਆ ਵੀ ਇਨਸਾਨੀਅਤ ਵੇਖ ਕੇ ਚੱਲ ਪਿਆਰਿਆ ਪਰ ਅੱਜ ਬਿਰਲੇ ਨੇ ਮਾਫ ਕਰਨਾ ਪਿਆਰਿਓ ਵੀ ਜਿਹੜੇ ਇਨਸਾਨੀਅਤ ਤੌਰ 'ਤੇ ਜ਼ਿੰਦਗੀ ਜੀਵਣ ਜਾਉਂਦੇ ਆ ਨਹੀਂ ਤਾਂ ਅੱਜ ਗੁਰੂ ਪਿਆਰਿਓ ਆਪਾਂ ਵੇਖਦੇ ਹੀ ਹਾਂ ਹਰ ਇੱਕ ਦੀ ਭੱਜ ਦੌੜ ਸਾਡੀ ਲੱਗੀ ਹੋਈ ਆ ਭਾਵੇਂ ਕਿਸੇ ਨੂੰ ਕੁਛ ਹੋਈ ਜਾਵੇ ਪਰ ਅਸੀਂ ਕਹਿੰਦੇ ਵੀ ਸਾਨੂੰ ਪ੍ਰੋਫਿਟ ਹੋਣਾ ਚਾਹੀਦਾ। ਹਰ ਇੱਕ ਚੀਜ਼ ਵਿੱਚ ਮਿਲਾਵਟ ਖੋਰੀਆਂ ਨੇ ਮਿਲਾਵਟ ਖੋਰੀਆਂ ਭਾਵੇਂ ਸਾਨੂੰ ਪਤਾ ਵੀ ਇਹ ਪਦਾਰਥ ਖਾਧੇ ਆ ਕਿਸੇ ਨੂੰ ਨੁਕਸਾਨ ਹੋਏਗਾ ਪਰ ਅਸੀਂ ਵਰਤਣ ਲੱਗੇ ਨਹੀਂ ਦੇਖਦੇ। ਅਸੀਂ ਕਹਿੰਦੇ ਹਾਂ ਵੀ ਸਾਡੇ ਕੰਮ ਵਿੱਚ ਵਾਧਾ ਹੋਵੇ ਬੇਸ਼ੱਕ ਕਿਸੇ ਨੂੰ ਘਾਟਾ ਪਈ ਜਾਵੇ। ਜਿਹੜੀ ਚੀਜ਼ ਵਿੱਚ ਵੇਖਦੇ ਆ ਅੱਜ ਖਾਲਸ ਚੀਜ਼ ਕੁਛ ਨਹੀਂ ਮਿਲਦੀ ਖਾਲਸ ਦਾ ਭਾਵ ਦਾ ਸਹੀ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਅੱਜ ਹਰ ਇੱਕ ਚੀਜ਼ ਵਿੱਚ ਮਿਲਾਵਟ ਕਰਦਾ ਕੌਣ ਹੈ ਕੋਈ ਪੰਛੀ ਨਹੀਂ ਕਰਦਾ ਕੋਈ ਪਸ਼ੂ ਨਹੀਂ ਕਰਦਾ ਕੋਈ ਜਾਨਵਰ ਨਹੀਂ ਕਰਦਾ ਕੌਣ ਕਰਦਾ ਇਨਸਾਨ ਇਨਸਾਨ ਲਈ ਕਰੀ ਜਾਂਦਾ।
इंसान इंसानियत ही भाव के साड़ी खत्म हो चली है। इंसान ही इंसाना लिए कर रहा, पशु पंछी नहीं कोई करता। इस करके पातशाह ने सानू समझा भी ए बंदिया तू सच ज्ञान लेके चल, जे सही वरतों करेगा कि ना आ संसार विच सही ढंग नाल जोवेगा तो तेनू घाटा नहीं पवेगा। मालिक ने आखना किया कि ना गुर मिल चज आचार सिख, पातशाह कहिंदे गुरु नूं मिल के चज आचार सिख लै। चज का भाव ढंग कहिंदे आ वी जाचना लै लै, आचार का भाव आचरण बना लै अपना, जिन्हों आप चाल चलन कह दें सीधे तौर पर चाल चलन भाई सही कर ला अपना। पातशाह कहने तुद कदे ना लगे दुख, कहते तेनू गरंटी दिने। पातशाह कहने बाणी विच बचन है, साहब कहने तेनू असी गरंटी दिने है, चाल चलन सोहना बना ला अपना, तो जीवन का ढंग सोहना बना ला, सिक्ख्या लै लै पातशाह तो। कहने तेनू कदे दुख लगूगा ही नहीं। अज गुरु प्यारे सानू दुख ही दुख आ रहे ने, क्यों भी खैर यही साढ़े च घाटा ने। सतगुरु कृपा कर, साहब जी कहते ऐ प्यारिया जे वस्तु की पछाण नहीं है, वस्तु की पछाण नहीं, आप उधरे तुरे फिर कोई गाहक ही नहीं साढ़े को, मालिक वरता रहा सानू ज्ञान, तो असं ज्ञान लैन फिर कितों तैयार, जे साढ़े अंदर गाहकी ही नहीं भाव के सानू वस्तु की पछाण नहीं। पातशाह कहने भी वस्तु जिहड़ी तू लैण लई आया असल सच राम नाम है। पातशाह कहने जिस बखर को लैण तू आया, जिहड़ी नूं लैण लई आया वह की है राम नाम, वो राम नाम है। कित्थे है संतन कर पाया, ये संतां दे घर किहड़े संत आ सारे संत ने जिन्हां दी बाणी आपां पढ़दे इन्हां दे घर विच है। ते पातशाह कहने इहनूं राम नाम दे सौद नूं लैणा किवें है, तज अभिमान अपना हंकार छड़ दे, निम्रता दे घर विच आ जाए। तज अभिमान नेहो मन मोल, राम नाम हिरदे मैं तोल। इत्थे पातशाह कहिंदे नानक गाहक क्यों लए, सके ना वस्तु पछाण, जे पछाण नहीं तां फिर इस वस्तु नूं असीं लै नहीं सकदे। अज सानूं पछाण नहीं है, असीं उदां ही गुरु प्यारिओ गुरबाणी नूं समझदे हां वी इक मंत्र दे तौर ते जाप जपदी आ बहुतात दुनिया, साड़ी गिणती होंगी भी असं जी आ जाप इन्ने कर ले, आने कर ले। सतपुरश कहें भी भाई दुनिया जाप बहुत कर दी, अज वेखद गुरु के दरबारा में बैठ बैठ के सुखमनी साहब के जाप किए जाते हैं, कोई चौपाई साहब के जाप पढ़ता है, कोई जपजी साहब के जाप पढ़ता है। कद लिए पढ़ते हैं, ज्ञान लई नहीं, सिक्ख्या लई नहीं, अपने सुकून लई नहीं। असी मंत्र बना भी इन्ने जाप पढ़ लिए, बाबा साडा आ काम हो जाए, बाबा असी विदेशों नूं चले जाइए, बाबा असी उत्थे पहुँच जाइए, भाव के एक साडा ऐसा मंत्र असी बना छड्डिया है। गुरु कृपा करन असी इस बाणी तो समझ लईए, ज्ञान लईए, प्रकाश लईए। तो सतगुरु जी कृपा करदे ने, रहो विचार आओ अगे तीसरे श्लोक में साहब कृपा करते हैं। सो क्यों अंधा आखी है जे हुक्म अंधा होए, नानक हुक्म ना बूझोई अंधा कही है सोए। पासा कहंदे सो क्यों अंधा आखी है जे हुक्म अंधा होए, पासा कहंदे ओनू अंधा ना आखी है, आउन विस्तार जान दा समा नहीं, समा इजाजत नहीं दिंदा। पासा कहंदे ओनू अंधा क्यों आखी है भाई किनू, जे हुक्म अंधा होए, जिन्हों हुक्म बारे नहीं पता, अनजाण है भी हुक्म की हुंदा। हुण गुरु पातशाह दा आ बाणी हुक्म है सारा, हुक्मनामा साहब तो आपां कह लैंदे आ भी हुक्मनामा साहब, एक ओंकार तो 18-10-20 तक सारा पातशाह दा हुक्म है भी हुक्म दा। सानू कई ऐसे जीव हुंदे आ अनजाण जिन्हां नूं अजे हुक्म बारे पता ही कुछ नहीं है। पातशाह कहिंदे ने भाई उन्हां नूं ये ना आखो भी वह बेग्याने ने, वह अंधे ने, उन्हां नूं ज्ञान नहीं। पातशाह कहिंदे असल विच तां नानक हुक्म ना बुझी, जिन्हां नूं हुक्म बारे पता भी है ते हुक्म नूं जिहड़े समझदे नहीं हन। पातशाह कहिंदे अंधा कही है सोई, असल विच वह अंधा हुंदा जीव जिहनूं पता भी होवे भी गुरु साहब आ कुछ कह रहे ने ते मन्ने बिना, ओनू पातशाह कहिंदे भी ये अंधे है। उन्हां नूं ना अंधे कहो, पातशाह कहिंदे जिन्हां नूं अजे ज्ञान ही कोई नहीं है, समझ कोई नहीं है,
पर जिन्हां नूं समझ है जिहड़े समझदे होए भी बेसमझ होए होए ने पासा कहिंदा उहनां नूं अंधे कहा जांदा है। बड़िआं नूं सानूं समझ आ जांदी है वी बाणी आ कहिंदी है ते बड़े समझदे होए कहणगे अजे जी इन्ना क समां आ कर लईए फिर आ कर लवांगी, इन्ना क समां साडा आ कर लईए आ कम निबड़ जाए ते बस आ कर लवांगी। इहदा भाव की है वी समझ सारी है वी अजे असीं गुरु प्यारिओ इन्हां चीज़ां नूं अपनाउणा नहीं चाहुंदे, असीं अजे वह नेत्र लैणा नहीं चाहुंदे, असीं अजे ज्ञानवान होना नहीं चाहुंदे। ते पातशाह सानूं की कहिंदे ने, कहिंदे वह अंधे ने भाई। हुण अंधा जीव है जिहड़ा उहदा कोई पता नहीं किहड़े खूह खाते डिग पवे, कित्थे मत्था बणा लवे, कित्थे की कर लवे। इसे करके पातशाह कहिंदे प्यारिया जे अंधा बन के चलना अजे दूर दियां आसां ना लाई जा भी इन्ने सब नूं आ करूंगा। पातशाह कहिंदे कोई पता नहीं उस मंजिल ते तू पहुंचे कि ना पहुंचे, रास्ते विच ही अंधे दा की पता बेचारे दा कित्थे की हो जाए। इसे करके पातशाह कहिंदे प्यारिया सुजाखा बन जाए, ज्ञान लै ला, प्रकाश विच आ जा, गुरु के हुक्म नूं मनना कर। ते पातशाह ने रहमत कीती इस शब्द दे विच, सारे ने अंधे ते प्रकाश दी गल समझाई है सानूं। ते आओ हुण पौड़ी विच आकर जाके साहिबा कृपा करदे ने, काया अंदर गढ़ कोट है सब दे संतर देसा। पातशाह कहिंदे इह काया, काया शरीर नूं कहिंदे ने, इहदे अंदर ही उस मालक दी गढ़ी है, इक कोट बनाया आ शरीर दा, कोट किला भावें कह लईए, जिवें आपां कहिंदे आ वी चार दवारी कीती होई है। ते पातशाह कहिंदे इहदे विच ही सब देस दसंतर देसा, कहिंदे अंदरी सारे देस दसंतर साडे समझ लो कि बसे होए ने। आ जीज काया दी शरीर दी बनाई, मेरे घर ते इक बणत बनाई, इस देही विच सब हथ पाई। आपां पढ़दे आ, जो ब्रह्मंडे सोई पिंडे जो कुझे सो पावे, बचन कीता पातशाह ने भी जो ब्रह्मंड दे विच चल रहा सारी वह इस पिंडे शरीर दे विच भी चल रहा। जिहड़ा मालक ब्रह्मंडा खंडा दा मालक है वह शरीर विच बैठा भी है। पातशाह कहने भी जो खोजे, बस जेड़ा इस शरीर नूं समझ लवे कना वह सब कुछ पा लैंदा है, जो खोजे सो पावे। इसे करके पातशाह ने यह रहमत की सानू समझाया। साहब कहने काया अंदर गढ़ कोट है सब दे संतर देसा, आपे ताड़ी लायन सब मैं परवेसा। पातशाह कहने आपे ओ मालक अंदर समाधि लाई बैठा है, ऐ जीव तेनूं बहुतियां समाधियां लाउण दी लोड़ नहीं। पुरातन समां सी सैकड़े वरे इत्थों तक दे इतिहास ने बई इन्नियां इन्नियां समाधियां लाइयां जोगियां आदा ने, समाधियां ने तपस्या ने तपस्या कीतियां बैठ बैठ के। ए गुरु नानक देव सच्चे पातशाह ने रहमत कीती है, निराला पंथ जिहड़ा चलाया सानूं सच्चे समाधि वाले बनाया, सच्चे भगत बनाउणा कीता भी हासिल करके। प्यारिओ यह शरीर मिलिया सानूं काम धंधे सृष्टि चलाउण लई, एक मनुख नूं पातशाह ने कृपा कीती है। आ मनुख नूं जे मनुखी समाधियां ला के बह जावे, गुरु नानक पातशाह कहिंदे फिर सृष्टि आ प्रकिरति किवें चलेगी। मनुख दे राही मालक अकाल पुरख वाहिगुरू ने कृपा कीती है सारी। इसे करके सर्व रहमत करदिआं सानूं समझाउंदा भी ऐ प्यारिआ ओ मेरा वाहिगुरू तेरे अंदर बैठा, आपे ताड़ी लाई है, ताड़ी का भाव हुंदा समाधि, समाधि लाई है सब मैं प्रवेशा, उह सारिआं विच ही प्रवेश करी बैठा परमात्मा अकाल पुरख। ते अगे पातशाह कहिंदे आपे सृष्ट साजी हन आप गुप्त रखेसा, उन्हें आपे सृष्टि साजी है, साधना कीती है, आप वह गुप्त रह रहा सारिआं विच गुप्त रूप विच साजण वाला परमात्मा अकाल पुरख। इत्थे जे किते वेख्या जाए भाव के किसे नूं अथॉरिटी नहीं दित्ती, जिन्हों समझा दिता सानू, कहिंदे आ वी ब्रह्मा जी ने सारी बणत बनाई है, ब्रह्मा जी आ कुछ करे, पर पातशाह कहिंदे ना भाई इत्थे तां कोट ब्रह्म जग साजण लाए, करोड़ां ब्रह्म इक दो तिन दी गल नहीं, पातशाह कहिंदे करोड़ां ही साजण लाए ने पातशाह ने अकाल पुरख ने। किहड़े ब्रह्म है? ब्रह्म दा भाव है इत्थे ब्रह्मा, जिन्हों आपां सांचा ढांचा भी कह दिंदे आ, भी परमात्मा ने जिन्हें भी करोड़ां ही आ जीव बनाए ने कि ना सारे, एक गल भी एक एक ब्रह्मा बनाता
अगे हर एक जीव अपने वर्गे जीवां नूं पैदा कर रहा। सारे ब्रह्मणे ही ने, भाव ब्रह्म ही बनाए ने, पातशाह ने, अकाल पुरख ने, कोट ब्रह्म जग साजन लाए कहता पातशाह ने। तेते पातशाह कहने भी आप ही सारिया विच प्रवेश हो के भाव के सृष्टि नूं साज रहा ते गुप्त रूप विच वरत रहा है। गुर सेवा ते जाणिया सच प्रगटिए सा, गुरु की सेवा तो भाव गुरु की सिक्ख्या तो पातशाह कहने उस वाहिगुरु नूं जाणिया जांदा है। जिन्हें भी जाणिया सच नाल जुड़ के उन्हें प्रगट कर लिया परमात्मा नूं अपने विचों ही जान लिया है। तेसे करके साहब आखिर विच कहिंदा सब किस सचो सच है गुर सोझी पाई। सब किस सचो सच है, सारा कुछ ही सच ते ओ सच्चे वाहिगुरु दा बनाया हुआ। सब कुछ सचो सच है भाव की भी जो कुछ वरत रहा परमात्मा जी ये सच वरत वरता रहा है। सब कुछ ओ तां पातशाह ने बाणी विच कह दिता जग रचना सब झूठ है जान लिहोरे मीत। पातशाह कहिंदे जगत की रचना तो झूठ है, झूठ का भाव बिनसंहार है। ऐ मित्र प्यारे जान लियो पर सच इत्थे पातशाह कहिंदे सब के सचो सच है, भाव के ये नहीं बई पातशाह ने जिहड़ी गल कहती बाद च आप ही कट दिती है। भाव के तो सानू समझाउण लई प्रकरण के मुतालिक हुंदा कम। पातशाह कहिंदे इत्थे बई सब का सचो सच है, बई सब कुछ वह सच्चे वाहिगुरु का बनाया हुआ भाई सच वरत रहा है। बई कानून ओहदा सच है, कुदरत ओहदी सच है, ओहदे कानून तो बाहर कुछ नहीं है। गुर सोझी पाई, गुरु साहब ने यह सानू समझाउणा कीता भाई। गुरु अंगद देव साहब महाराज सच्चे पातशाह ही रहमत कर दिया ते आखिर विच ओही वचन बार दा जिहड़ा मेन धुरा है राव वाला बंद वाह वाह सच्चे पातशाह तू सच्ची नाई। ऐ मेरे सच्चे पातशाह तू धन है, तू धनता योग है, तेरी वडियाई सच है, तेरा नाम सच है, तेरी न्याई पासा तेरा न्याओ सच है, तू सच दे नबेड़े करदा है। ताते आओ वो सच्चे पातशाह दे चरणा विच आपां बेनती करिए भी सच्चे पातशाह साडे ते रहमत करो, साडे अंदर भी ये सच प्रकाश हो जावे, ज्ञान हो जावे, सानू समझ आ जावे, असी अपना सोहना जीवन बसर करके असी भी सफलता लई आत्मा परमात्मा का मिलाप हो जाए। गुरु के चरणों में मंग मंगी भी साहब जी रहमत करो मिसर नाहीं दातार, अपना नाम देहो गुण गाव दिन रात, नानक चावे हो हुंजा भुला दिखी मां बख्शिश करनी। शब्द की संपूर्णता ही है रहमत करन साहब जी। इधरों अगलेरा शब्द आप कल सरवण करांगे, कुछ क समा गुरमंत्र द्वारा सांझ पाइए। प्रेम सहित सारी संगत आखना करो जी वाहे गुरु 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 वाहे गुरु
ਵਾਹਿਗੁਰੂ 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 ਵਾਹਿਗੁਰੂ। ਸਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਚੰਗਿਆਈਆਂ ਬਰਿਆਈਆਂ ਬਚ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਦੇ ਮੁਖ ਉਚਲੇ ਕਹਿੰਦੇ ਸੁੱਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਦੇ ਮੁਖ ਉਚਲੇ ਕਹਿੰਦੇ ਸੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।